Our team will be really thankful if you please click on subscribe button before watching this video. Pakistan Kabaddi Federation, Punjab Kabaddi Association, Kabaddi Ponda Pya Shafiq Chishti, Chal Bhai Chishti Sonya, Kabaddi Pade, Paidi Kabaddi Pond Vaste, Aaj Thode Samne Jawan Jehde Aunge, Vekhna Pahara Na, Pahar Takraunge, Mohammad Shafiq Chishti, Ek Number Da Ajafa Karke, Pakistan De Vaste Ek Number Da Ajafa Karke, Mohammad Shafiq Chishti. ਉਧਰੋਂ ਕਬੱਡੀ ਪਾਉਣ ਵਾਸਤੇ ਨੌਜਵਾਨ ਤੁਰ ਪਿਆ ਵਿਨੇ ਖੱਤਰੀ ਪੇ ਇੱਕੋ ਗੱਲ ਤੇ ਇੱਕ ਕਹਾਣੀ ਤੇਰੀ ਸਾਡੀ ਸਾਂਝ ਪੁਰਾਣੀ ਸਜਣਾ ਕੁਝ ਤੇ ਲੱਗੇ ਆ ਵਾਗਾ ਸਿੰਘ ਜਾਂ ਗੰਗਾ ਸਿੰਘ ਜਾਂ ਵਾਗੇ ਆ ਡੰਡਾ ਸਿੰਘ ਜਾਂ ਵਾਗੇ ਆ ਉਹ ਵੇਖੋ ਜੀ ਕਮਰੋ ਜਮਾਨ ਬੱਟ ਕਮਰ ਪੜਦੇ ਧੱਕੇ ਨੰਬਰ ਵਿਨੇ ਖੱਤਰੀ ਪਾਕਿਸਤਾਨ ਇੱਕ ਇੰਡੀਆ ਇੱਕ ਗੱਲਬਾਤ ਅੱਗੋਂ ਹਾਫਜ਼ ਅਹਿਮਦ ਸਾਹਿਬ ਜੀ ਅਗਲੀ ਕਬੱਡੀ ਇਸ ਵੇਲੇ ਮੈਦਾਨ ਦੇ ਅੰਦਰ ਕਬੱਡੀ ਪਾਏਗਾ ਮੁਹੰਮਦ ਵਕਾਸ ਬੱਟ ਆਇਆ ਬਾਰੇ ਤੇ ਲਓ ਨਾਲ ਹੀ ਕੈਂਚੀ ਵੱਜੀ ਔਰ ਕੋਸ਼ਿਸ਼ ਨੰਬਰ ਪਾਕਿਸਤਾਨ ਦੀ ਟੀਮ ਦੇ ਹਿੱਸੇ ਕਹਿੰਦੇ ਕਿ ਵਕਾਸ ਬੱਟ ਨੇ 2012 ਦੇ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਵੀ ਇੱਥੇ ਹੀ ਪਾਲੇ ਦੀ ਟੀਮ ਨੂੰ ਦਵਾਇਆ ਕਬੱਡੀ ਪਾਏਗਾ ਫਿਰ ਮੈਦਾਨ ਦੇ ਅੰਦਰ ਲਓ ਜੋਤੇ ਦੀ ਪਈ ਕਬੱਡੀ ਚਾਰ ਜਾਪੀ ਨੇ ਪੂਰੀ ਕੋਸ਼ਿਸ਼ ਚੱਲ ਰਹੀ ਹੈ ਕਿ ਕੌਣ ਹੈ ਜਾਪੀ ਜੋ ਅੱਜ ਇਸ ਨੌਜਵਾਨ ਦੇ ਰਸਤੇ ਰੋਕੇਗਾ ਅੱਜ ਪਾਕਿਸਤਾਨ ਦੇ ਵਿੱਚ ਏਸ਼ੀਆ ਵਰਲਡ ਕੱਪ ਦਾ ਫਾਈਨਲ ਹੋ ਰਿਹਾ ਲਓ ਅਲੀ ਬੜਾਏ ਚ ਅਲੀ ਬੜਾਏ ਨੇ ਟੱਕਰ ਲਾਈ ਲੇਕਿਨ ਨੰਬਰ ਇੰਡੀਅਨ ਟੀਮ ਦੇ ਹਿੱਸੇ ਆਨ ਪਲੇਅਰ ਕਬੱਡੀ ਤੇ ਉੱਪਰ ਚੱਲ ਪਈ ਜੱਟਾ ਪਾ ਕਬੱਡੀ ਹਾਂ ਮੁਹੰਮਦ ਅਰਫਾਨ ਮਾਨਾ ਜੱਟ ਭਾਈ ਅਰਸ਼ ਚੋਲੇ ਵਾਲਾ ਉਧਰ ਹੌਸਲਾ ਬੁਲੰਦ ਸੀਨਾ ਚੌੜਾ ਜੱਟ ਦਾ ਐਵੇਂ ਤੇ ਨੇ Our team will be really thankful if you please click on subscribe button. Shani Basre ne number da jafa kita Sultan Bari sahab da ishara ade Sultan Basha Gul sahab agli kabaddi paun waste Mohammad Shafiq Chishti aa vekho ji replay de vich naujawan eh aur naujawan ne koi aisa mang ji kiti aa par nahi banya kam agli kabaddi paun layi agle bare waste ਕੌਣ ਆਏਗਾ ਲੱਗੇਗਾ ਪਤਾ ਉਧਰ ਸਟੇਜ ਦੇ ਉੱਪਰ ਸਾਡੇ ਮਹਿਮਾਨ ਵੀ ਤਸ਼ਰੀਫ ਫਰਮਾ ਨੇ ਸਦਰ ਪੰਜਾਬ ਕਬੱਡੀ ਐਸੋਸੀਏਸ਼ਨ ਇਸ ਵਕਤ ਰੈਫਰੀ ਨੇ ਟਾਈਮ ਆਊਟ ਲਿਆ ਹੈ Our team will be really thankful if you please click on subscribe button. ਨਾਲੀ ਸ਼ੁਰਲੀ ਲਓ ਅਰਸ਼ ਨੇ ਪੱਟ ਫੜਨੇ ਦੀ ਕੋਸ਼ਿਸ਼ ਕੀਤੀ ਲਓ ਆਪਣੇ ਆਪ ਨੂੰ ਛੁੜਾਉਂਦਾ ਹੋਇਆ ਲਓ ਕਹਿੰਦੇ ਸ਼ੁਰਲੀ ਦਾ ਟੱਕਰ ਇਧਰਲੇ ਪਾਸੇ ਦੇਖਾਂਗੇ ਫਿਰ ਸ਼ਫੀਕ ਚਿਸ਼ਤੀ ਔਰ ਆਓ ਚੱਕਿਆ ਪੱਟ ਖਿੱਚਾ ਲੱਗੀਆਂ ਨੇ ਕੋਸ਼ਿਸ਼ ਚੱਲ ਰਹੀ ਹੈ ਕਿ ਟਾਈਮ ਗੁਜ਼ਰਦਾ ਹੋਇਆ ਔਰ ਨੰਬਰ ਜੋ ਹੈ ਇਧਰਲੇ ਇੰਡੀਆ ਦੀ ਟੀਮ ਦੇ ਹਿੱਸੇ ਅੱਗੇ ਵੱਧ ਕੇ ਔਰ ਸਾਹਮਣੇ ਕਾਸ਼ੀਪੁਰੀਏ ਦੇ ਪੂਰੀ ਟੱਕਰ ਹੈ ਲੈ ਗਿਆ ਨੰਬਰ ਇਹ ਵੀ ਨੰਬਰ ਇੰਡੀਆ ਦੀ ਟੀਮ ਦੇ ਹਿੱਸੇ ਇੰਡੀਆ ਦੀ ਟੀਮ ਦਾ ਇੱਕ ਬਹੁਤ ਹੀ ਕੀਮਤੀ ਨੰਬਰ ਜੋ ਵਧਿਆ ਤਿੰਨ ਪਾਕਿਸਤਾਨ ਦੀ ਟੀਮ ਦੇ ਪੰਜ ਨੰਬਰ ਨੇ ਇਸ ਵੇਲੇ ਇੰਡੀਆ ਦੀ ਟੀਮ ਦੇ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਵਕਾਸ ਬੱਟ ਚੱਲ ਬਈ ਬੱਟਾ ਪਾ ਸ਼ੇਰਾ ਕਬੱਡੀ ਅਰਸ਼ ਚੋਲੇ ਵਾਲਾ ਤੇ ਬੱਟ ਅਰਸ਼ ਤੇ ਬੱਟ ਦੀ ਟੱਕਰ ਹੈ ਮੁਹੰਮਦ ਵਕਾਸ ਤਜਰਬਾ ਚੰਗਾ ਹੈ ਜਾਫੀ ਦੁਨੀਆ ਦਾ ਤੂਫਾਨ ਹੈ ਰੇਡਰ ਤੇਜ਼ ਰਫਤਾਰ ਹੈ ਵੇਖਣਾ ਪਏਗਾ ਇੱਥੇ ਵੇਖਣਾ ਪਏਗਾ ਕੀ ਬਣਦਾ ਹੈ ਪਕਲਾ ਭਰੀਆਂ ਚੱਕਾ ਜਾਮ ਕਰਨ ਡਿਆ ਮੁੰਡਾ ਕੁੱਤਮ ਕੁੱਤੀ ਹੋ ਗਈਆਂ ਜਵਾਨੀਆਂ ਖੈ ਗਈਆਂ ਜਵਾਨੀਆਂ ਅਰਸ਼ ਚੋਲੇ ਵਾਲਾ ਅਰਸ਼ ਚੋਲੇ ਵਾਲਾ ਬੱਲੇ 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 ਲੱਗਾ ਜੱਫਾ ਤੇ ਪੇੜ ਵਿੱਚ ਸ਼ੋਰ ਹੋਇਆ ਭਾਈ ਵਿੱਚ ਮੈਦਾਨ ਦੁਹਾਇਆ ਉੱਤੇ ਅਗਲੀ ਕਬੱਡੀ ਦੇ ਬਾਰੇ ਦੇ ਉੱਪਰ ਕਹਿੰਦਾ ਇਹਨਾਂ ਵਿੱਚ ਕਿੰਨਾ ਕੁ ਹੌਸਲਾ ਏ ਅੱਜ ਮੈਂ ਜ਼ੋਰ ਤੂਫਾਨਾਂ ਦਾ ਵੇਖ ਲੈਂਦਾ ਹੱਥ ਪੱਟਾਂ ਤੇ ਮਾਰ ਕੇ ਨਿਕਲ ਆਇਆ ਅੱਜ ਮੈਂ ਪਾਰ ਚਟਾਨਾਂ ਦਾ ਵੇਖ ਲੈਂਦਾ ਸ਼ਾਨੀ ਬਸਰਾ ਟਰਾਈ ਕਰਦਾ ਪਿਆ ਗਲੈਡੀਏਟਰ ਪਰ ਨੰਨੀ ਕਹਿੰਦਾ ਨਹੀਂ ਜਿੱਤ ਕੇ ਜਾਣਾ ਮੈਂ ਜਾਣਾ ਨਹੀਂ ਹਾਰ ਕੇ ਸਸਤੇ ਅੱਗੇ ਵੱਧਦਾ ਵੱਧਦਾ ਲਓ ਇਧਰਲੇ ਪਾਸੇ ਪੱਟ ਫੜਨ ਦੀ ਕੋਸ਼ਿਸ਼ ਪਰ એનર્ਜੀ ਜ਼ਾਇਆ ਕਰਨ ਤੋਂ ਬਗੈਰ ਹੀ ਹਲਕਾ ਜਿਹਾ ਹੱਸ ਪਾਕਿਸਤਾਨ ਦੀ ਟੀਮ ਦੇ ਵਿੱਚ ਇਹ ਮਹਿੰਗਾ ਆਓ ਦੇਖਾਂਗੇ ਸਾਹਮਣੇ ਕਿ ਚਾਰਾਂ ਜਾਪੀਆਂ ਦੇ ਵਿੱਚ ਨਫੀਸ ਗੁਜਰ ਸ਼ਾਨੀ ਬਸਰਾ ਨਾਲ ਹੀ ਲਓ ਅਲੀ ਵੜਾਈ ਦੇ ਨਾਲ ਟੱਕਰ ਹੋਈ ਹੈ ਔਰ ਹਲਕੀ ਜੀ ਦਬ ਆਰ ਟੀਮ ਵਿਲ ਬੀ ਰੀਲੀ ਥੈਂਕਫੁਲ ਇਫ ਯੂ ਪਲੀਜ਼ ਕਲਿੱਕ ਔਨ ਸਬਸਕ੍ਰਾਈਬ ਬਟਨ ਪੈਰੋਂ ਛੋਲਾ ਤੇ ਨਾਲੇ ਲਚਕਦਾਰ ਚਿਸ਼ਤੀ ਰੇਡ ਮਾਰਨ ਦਾ ਪੂਰਾ ਫਨਕਾਰ ਚਿਸ਼ਤੀ ਬਹੁਤ ਫੁਰਤੀ ਤੇ ਨਾਲੇ ਬਹਾਦਰੀ ਏ ਕੌਡੀ ਖੇਡ ਦਾ ਹਾਰ ਸ਼ਿੰਗਾਰ ਚਿਸ਼ਤੀ ਨੌਜਵਾਨ ਨੇ ਟਰਾਈ ਕੀਤੀ ਉਧਰ ਅਗਲੀ ਕਬੱਡੀ ਪਾਉਣ ਵਾਸਤੇ ਨਜਵ ਸਿੰਘ ਜੋਤਾ ਚੱਲ ਪਈ ਜੋਤਿਆ ਸ਼ੇਰਾ ਕਬੱਡੀ ਪਾ ਉਧਰ ਮੁਸ਼ਰਫ ਜਵੇਦ ਜੰਜਵੇ ਨੇ ਜੁਆਇਨ ਕੀਤੀ ਹੈ ਇਹ ਸਟਾਪ ਲਾਈਨ ਪਰ ਨਫੀਸ ਗੁਜਰ ਇੱਕ ਵਾਰੀ ਫਿਰ ਬਗਲਾ ਭਰੀਆਂ ਗਿੱਟੇ ਤਿੰਨ ਚਾਰ ਵਰਲਡ ਕੱਪ ਖੇਡਣ ਦਾ ਵੱਡਾ ਇਜਾਜ਼ ਹਾਸਲ ਹੈ ਪਰ ਲਓ ਇਧਰਲੇ ਪਾਸੇ ਕਹਿੰਦੇ ਇਹ ਆਓ ਲੈ ਗਿਆ ਨੰਬਰ ਨੰਬਰ ਹੋਇਆ ਖਾਨ ਬੱਟੀ ਨਜ਼ਾਰਾ ਕਰਦੇ ਪਏ ਨੇ ਖੇਡਦਾ ਕਬੱਡੀ ਪਾਉਂਦੇ ਪਏ ਨੇ ਵਕਾਸ ਬੱਟ ਚੱਲ ਪਏ ਮੁਹੰਮਦ ਵਕਾਸ ਬੱਟ ਉਹ ਹੋ ਗਏ ਗੁੱਥਮ ਗੁੱਥੀ ਉਹ ਹੋਈ ਟੱਕਰ ਉਹ ਅੰਮ੍ਰਿਤ ਨਾਲ ਜੁੜਿਆ ਹੈ ਉਹ ਪੇਚਾ ਜਿਹਾ ਪੈ ਗਿਆ ਉਹ ਗੱਭਰੂ ਅਰਸ਼ਾਂ ਤਾਕਤਾਂ ਜਵਾਨੀਆਂ ਖਿੰਚ
ਕਹਿੰਦਾ ਮਾਣ ਕੋਈ ਨਹੀਂ। ਇੰਡੀਅਨ ਟੀਮ ਦਾ ਖਿਡਾਰੀ ਜੋ ਕਪਤਾਨੀ ਕਰ ਰਿਹਾ ਹੈ, ਇੰਡੀਆ ਦੀ ਟੀਮ ਦਾ ਕਪਤਾਨ ਅੱਗੇ ਵਧਿਆ ਔਰ ਪਾਲਿਆਂ ਦੇ ਵਿੱਚ ਪੁੱਜਿਆ। ਦੇਖਾਂਗੇ ਨਫੀਸ ਗੁੱਜਰ ਗਿੱਟਾ ਫੜਨ ਦੀ ਕੋਸ਼ਿਸ਼, ਪਰ ਵੱਡਾ ਤਜਰਬਾ ਨਿੰਨੀ ਪਿੱਛੇ ਕਾਰੀ ਹੁੰਦਾ ਹੋਇਆ ਲਓ ਆਪਣੇ ਆਪ। Our team will be really thankful if you please click on subscribe button. ਸ਼ੋਰ ਕਬੱਡੀ ਦਾ ਮੁਹੰਮਦ ਇਰਫਾਨ ਮਹਾਨਾ ਜੱਟ ਅਗਲੀ ਕਬੱਡੀ ਪਾਉਣ ਵਾਸਤੇ ਚੱਲ ਪਈ ਜੱਟਾ, ਕਹਿੰਦਾ ਨਹੀਂ ਉਹ ਗੱਭਰੂ ਕੀ ਕਰਦਾ ਪਿਆ ਗੁੱਟ ਫੜਦਾ ਲੈ। ਕਬੱਡੀ ਦੀ ਫਤਿਹ ਕਬੱਡੀ ਦੀ ਜਿੱਤ ਇਸ ਟਾਈਮ 550 ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਜਨਮ ਦਿਨ ਦੀ ਪਾਰੋਂ ਉਹਨਾਂ ਦੇ ਨਾਲ ਮਨਸੂਬ ਕੀਤਾ ਗਿਆ ਵਰਲਡ ਕੱਪ ਕਬੱਡੀ ਕੱਪ। ਰਵੀ ਦਿਓੜਾ ਉਧਰੋਂ ਕਮਰ ਬਾਟੇ ਕਰੀ ਚੜ ਗਿਆ ਉੱਤੇ, ਕਹਿੰਦਾ ਹਿੱਕ ਨਾ ਹਿੱਕ ਜੋੜੀ ਆ। ਸ਼ਫੀਕ ਚਿਸ਼ਤੀ ਦੀ ਪੈਂਦੀ ਕਬੱਡੀ ਫਿਰ ਮੈਦਾਨ ਦੇ ਅੰਦਰ ਵਾਰੇ ਤੇ ਆਇਆ ਸ਼ਫੀਕ ਚਿਸ਼ਤੀ, ਜੋ ਪਿਛਲਾ ਵਾਰਾ ਵੀ ਕੀਤਾ ਕਮਾਲ ਕੀਤੀ ਹੈ। ਲਓ ਅਰਸ਼ ਚੋਲੇ ਦੇ ਨਾਲ ਟੱਕਰ ਹੋਈ ਹੈ, ਆ ਬਈ ਗੱਭਰੂ ਆਪਾ ਕਬੱਡੀ ਤੇ ਲਾ ਜੱਪਾ ਕੌਣ ਹੈ ਜੋ ਮੈਦਾਨ ਦੇ ਵਿੱਚ ਚਿਸ਼ਵਾਨ ਜੋਤਾ। ਆ ਬਈ ਸੋਹਣਿਆ ਨਜੋਤ ਸਿੰਘ ਜੋਤੇ ਦੀ ਪੈਂਦੀ ਕਬੱਡੀ, ਆਓ ਆਇਆ ਮੁਸ਼ਰਫ ਜੰਜਵਾ ਸਾਹਮਣੇ ਦੂਰੋਂ ਆ ਕੇ ਟੱਕਰ ਲਾਉਣ ਦੀ ਕੋਸ਼ਿਸ਼ ਕੀਤੀ ਗੁੱਟ ਫੜਿਆ, ਲੇਕਿਨ ਆਓ ਮਿਹਨਤ ਦਾ ਫਲ ਮਿਲ ਕੇ ਰਹਿੰਦਾ ਏ ਲੋਕੋ, ਰਹਿਣੀ ਜੱਗ ਤੇ ਸਦਾ ਕਹਾਣੀ ਮਾਨੇ ਦੀ। ਪਰ ਅਰਸ਼ ਚੋਲੇ ਵਾਲਾ ਉਹ ਵੇਖੋ ਚੜਿਆ ਨਾਲ, ਉਹ ਅਰਸ਼ ਤੇ ਮਾਨਾ ਹੋ ਗਏ ਦੋਵੇਂ ਗੁੱਥਮ ਗੁੱਥੀ, ਬਗਲਾਂ ਭਰੀਆਂ ਗਈਆਂ ਬਿਲਕੁਲ, ਨਾਲ ਚਿੰਬੜ ਕੇ ਪਕੜ ਮਜ਼ਬੂਤ ਕਰਦਾ ਪਿਆ ਬੱਲੇ। ਇਹ ਮੁਹੰਮਦ ਇਰਫਾਨ ਹੈ, ਉਧਰ ਅਰਸ਼ ਚੋਲੇ ਵਾਲਾ ਸੁਖਮਨ ਦਾ ਵੀਰ ਹੈ। ਕਬੱਡੀ ਵੱਡੀ ਪੈਂਦੀ ਪਈ ਇਸ ਟਾਈਮ, ਸਾਨਾਂ ਦਾ ਭੇੜ ਜ਼ੋਰ ਲੱਗਦੇ ਪਏ ਨੇ ਪੂਰੇ, ਹਿੰਮਤ ਤਾਕਤ ਦੀ ਗੱਲ ਹੁੰਦੀ ਪਈ, ਪਰ ਨੰਬਰ ਜਾਫੀ ਦਾ ਨੰਬਰ ਹਿੰਦੁਸਤਾਨ ਦੇ ਖਾਤੇ। ਅਰਸ਼ ਚੋਲੇ ਨੇ ਜੋੜਿਆ ਕਿ ਰਾਜ। Our team will be really thankful if you please click on subscribe button. ਇਹ ਸਕੋਰ ਕੀਆ ਅਭੀ ਵਸੀਮ ਖਾਨ ਕੋ ਆਪਨੇ ਦੇਖਾ, ਪਾਕਿਸਤਾਨ ਕ੍ਰਿਕਟ ਬੋਰਡ ਕੇ ਚੀਫ ਐਗਜ਼ੀਕਟਿਵ ਜੋ MCC ਕੇ ਕ੍ਰਿਕਟਰਸ ਕੇ ਸਾਥ ਯੇ ਫਾਈਨਲ ਦੇਖਨੇ ਕੇ ਲਈ ਆਏ ਹਨ। ਉਧਰ ਜੀ ਸਜਾਦ ਗੁੱਜਰ ਨਿਕਲਿਆ ਕਰੀ ਫੇਰ, ਪਾਵਰ ਗੁੱਜਰ ਕਹਿੰਦੇ ਨੇ ਨੰਨੀ ਤੇ ਪਾਵਰ ਗੁੱਜਰ, ਸਜਾਦ ਗੁੱਜਰ ਦੇ ਧੱਕੇ ਤੇ ਨੰਨੀ, ਉਹ ਵੇਖੋ ਕੀ ਹੁੰਦਾ ਪਿਆ, ਉਹ ਢਾਇਆ ਹੀ ਉਹ ਚੜਾਈ। ਸ਼ੁਰਲੀ ਖੀਰਾ ਵਾਲਾ ਹੈ ਔਰ ਕੁਲਦੀਪ ਤਾਰੀ ਹੈ ਔਰ ਨਾਲ ਨੌਜਵਾਨ ਸਾਹਮਣੇ ਚਾਰੋ ਜਾਫੀ ਤਿਆਰ ਵਰਤਿਆ ਇੰਡੀਆ ਦੀ ਟੀਮ ਦੇ। ਗੁਰਮੇਲ ਮੇਲਾ ਮਲਵੇੜੇ ਵਾਲਾ ਔਰ ਮੁਕਾਬਲਾ ਜਿਹੜਾ ਇਸ ਸਮੇਂ ਹੋਇਆ ਇੰਡੀਆ ਦੀ ਟੀਮ ਦਾ, ਬਹੁਤ ਹੀ ਦਮਦਾਰ ਜਾਫੀ ਇਸ ਸਮੇਂ ਕੋਸ਼ਿਸ਼ ਕਰਦਾ ਸ਼ੁਰਲੀ ਖੀਰਾ ਵਾਲੀਆ ਅੰਮ੍ਰਿਤਪਾਲ ਸਿੰਘ ਕਪੂਰਥਲੀਆ, ਕਿ ਹਾਲੇ ਵੇਖਿਆ ਨਹੀਂ ਕਪੂਰਥਲਾ, ਅਸੀਂ ਕਦੇ ਕੰਮ ਨਹੀਂ ਵੇਖਾਂਗੇ। ਔਰ ਨਾ ਸਾਹਮਣੇ ਅੰਮ੍ਰਿਤਪਾਲ ਸ਼ੇ ਵਾਸਤੇ ਅੱਗੇ ਵੱਲ ਵਧਿਆ 14 ਔਰ 18 ਦਾ ਇਸ ਵੇਲੇ ਸੱਜਿਆ ਹੋਇਆ ਜੋ ਨਜ਼ਰ ਆ ਰਿਹਾ ਕਿ 14 ਔਰ 18 ਲਓ ਇਧਰਲੇ ਪਾਸੇ ਫਿਰ ਅੰਮ੍ਰਿਤ ਔਲਖ ਦਾ ਜੱਫਾ ਦੇਖਾਂਗੇ। ਲੇਕਿਨ ਕਬੱਡੀ ਦੇ ਵਿੱਚ ਮਾਨਾ ਮਾਨਾ ਜੱਟ ਜੋ ਵੱਡੇ ਤਜਰਬੇ ਦਾ ਮਾਲਕ ਹੈ, ਲੋ ਪਿੱਛੇ ਹੋਣ ਦੀ ਕੋਸ਼ਿਸ਼ ਕਰ ਰਿਹਾ ਗੁੱਟ ਛਡਾਉਣ ਦੀ, ਆ ਜਾਂਦਾ ਔਰ ਇੱਕ ਵਾਰੀ ਫਿਰ 2014 ਦੇ ਵਿੱਚ ਜਿੱਦਾਂ ਮੰਜੀ ਤੋਂ ਨਿਕਲਿਆ ਅੱਜ ਉਦਾਂ ਹੀ ਇਹ ਨੌਜਵਾਨ ਕਾਰ। ਕਦੇ ਆਨਾ ਨਹੀਂ ਇਹਦਾ ਮੁੱਲ ਸੀ, ਅੱਜ ਮੁੱਲ ਹੈ ਲੱਖ ਯਾਰ, ਪਿੰਡਾਂ ਤੋਂ ਸ਼ਹਿਰਾਂ ਵਿੱਚ ਪਹੁੰਚ ਕੇ ਜਾਣੀ ਓਲੰਪਿਕ ਤੱਕ ਵੀ ਯਾਰ, ਇਹ ਖੇਡ ਪੰਜਾਬੀ ਕੌਮ ਦੀ ਅੱਜ ਜੱਗ ਦਾ ਬਣੀ ਸ਼ਿੰਗਾਰ ਸ਼ਿੰਗਾਰ ਬਣੀ ਖੇਡ। ਲਓ ਪਈ ਰੇਡ ਦੇ ਉੱਤੇ ਇਸ ਸਮੇਂ ਆਪਾਂ ਵੇਖਦੇ ਵੀ ਬਲਾਲ ਮੌਸਮ ਢਿੱਲੋਂ ਦੀ ਰੇਡ ਹੈ, ਅੰਮ੍ਰਿਤ ਔਲਖ ਗੁਰਦਾਸਪੁਰੀਆ ਕੇ ਜਿੱਥੇ ਇਤਰਾਂ ਦੇ ਵਗਦੇ ਨੇ ਚੋ, ਨਹੀਂ ਉੱਥੇ ਮੇਰਾ ਯਾਰ ਵੱਸਦਾ, ਜਿੱਥੇ ਪਾਉਣ ਵੀ ਹੈ ਲੰਘ ਦੀ ਖੜੋ ਉੱਥੇ ਮੇਰਾ ਯਾਰ ਵੱਸਦਾ ਗੁਰਦਾਸਪੁਰੀਆ। ਹਰਪ੍ਰੀਤ ਸਿੰਘ ਜੀ ਬਾਬਾ ਚੀਫ ਕੋਚ ਨੇ ਆਉਂਦਾ ਪਿਆ ਦੀਪਕ ਕਾਸ਼ੀਪੁਰੀਆ, ਚੱਲ ਪਈ ਦੀਪਕ ਸ਼ੇਰਾ ਕਬੱਡੀ ਪਾ ਦੇ ਉੱਧਰਲੇ ਬੰਨੇ, ਉਹ ਸਾਜਨ ਨਸਾਰ ਸਾਜੇ ਗੁੱਜਰ ਨੇ ਬਾਂਹ ਫੜੀ, ਉਹ ਵੇਖੋ ਜਵਾਨੀਆਂ ਬਰਾਬਰ ਦੀਆਂ ਉੱਧਰ ਬੰਨੇ ਕਲੋਜ਼ ਫਾਈਟਰ ਉੱਧਰ ਕਾਸ਼ੀ, ਇਹ ਕਾਸ਼ੀਪੁਰੀਆ ਦੀਪਕ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ। ਅਰ ਚੋਲੇ ਵਾਲਾ ਜੋਤਾ ਉਹ ਗੱਭਰੂ ਨੇ ਟਰਾਈ ਕੀਤੀ, ਉਹ ਗੱਭਰੂ ਨੇ ਬਾਂਹ ਫੜੀ, ਉਹ ਬਿਲਕੁਲ ਪਕੜ ਮਜ਼ਬੂਤ ਹੋਈ ਆ, ਪਰ ਰੈਫਰੀ ਸਾਹਿਬ ਦੱਸਣਗੇ ਨੰਬਰ ਨੰਬਰ ਪਾਕਿਸਤਾਨ ਦੇ ਖਾਤੇ ਨੰਬਰ। ਮਲਕ ਬਿਨਿੰਗ ਅਮੀਨ ਪਾਕਿਸਤਾਨੀ ਟੀਮ ਵਾਸਤੇ ਜੁੜ ਗਿਆ, ਚਾਹੇ ਤਾਹਰ ਵਹੀਦ ਜੱਟ ਸਾਹਿਬ ਇਸ ਟਾਈਮ ਤੁਸੀਂ ਟੀਵੀ ਦੀ ਸਕਰੀਨ 'ਤੇ ਵੇਖਦੇ ਪਏ ਹੋ, ਹੈੱਡ ਕੋਚ ਪਾਕਿਸਤਾਨ ਕੌਮੀ ਕਬੱਡੀ ਟੀਮ। ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਨੰਨੀ ਸਿੰਘ ਕਪਤਾਨ ਗਿਆ ਕਬੱਡੀ ਦੇ ਉੱਪਰ। Our team will be really thankful if you please click on subscribe button. ਉਧਰ ਸ਼ਾਨੀ ਬਸਰਾ ਡੀਕਦਾ ਪਿਆ, ਉਧਰ ਨਫੀਸ ਗੁੱਜਰ ਪੂਰੀਆਂ ਟਰਾਈਆਂ ਦੇ ਵਿੱਚ ਹੈ, ਨਫੀਸ ਗੁੱਜਰ ਔਰ ਨੰਨੀ ਨਫੀਸ ਗੁੱਜਰ ਨਫੀਸ ਗੁੱਜਰ ਦੇ ਨਾਲ ਹੋਇਆ ਕਿ ਕੱਲੀ ਟੱਕਰੇ ਤੇ ਹਾਲ ਸੁਣਾਵਾ ਸਾਡੇ ਉੱਤੇ ਕੀ ਗੁਜਰੀ ਕੱਲੇ ਨੂੰ ਕੱਲੇ ਦੀ। ਜੱਟ ਲੁਧਿਆਣਵੀ ਰੇਡ ਪਾਉਣ ਦੇ ਲਈ ਵਧਿਆ ਹੋਇਆ, ਵੱਡਾ ਤਜਰਬਾ ਖੇਡ ਕਬੱਡੀ ਦਾ, ਅਰਸ਼ ਚੋਲੇ ਵਾਲੇ ਦੇ ਨਾਲ ਫਿਰ ਮੁਕਾਬਲਾ ਹੋਇਆ ਇਹ ਨੌਜਵਾਨ ਸ਼ੁਰਲੀ ਸ਼ੁਰਲੀ ਖੀਰਾ ਵਾਲੀਆ ਇੰਡੀਆ ਦੀ ਟੀਮ ਦਾ। ਵਿਨੇ ਖੱਤਰੀ ਦੀ ਰੇਡ ਹੈ ਔਰ ਸਾਹਮਣੇ ਚਾਰ ਜਾਫੀ, ਸਜਾਦ ਗੁੱਜਰ ਹੈ, ਕਮਰ ਬੱਟ ਹੈ, ਸਾਨੀ ਬਸਰਾ, ਨਫੀਸ ਗੁੱਜਰ, ਮੁਕਾਬਲਾ ਨਫੀਸ ਗੁੱਜਰ ਦੇ ਨਾਲ ਦੇ ਪੁਆਇੰਟ ਵਿਨੇ ਖੱਤ। ਕਬੱਡੀ ਪਾਉਣ ਵਾਸਤੇ ਮੁਹੰਮਦ ਸ਼ਫੀਕ ਚਿਸ਼ਤੀ, ਵੱਡੀ ਜ਼ਿੰਮੇਵਾਰੀ ਹੈ। ਅਬ ਆਪਕੋ ਗਰਾਊਂਡ ਪਰ ਲੀਏ ਚਲਤੇ ਹੈ ਤਰਨਜੀਤ ਕੀ ਜਾਨਿਬ। So we have Rao Umar Hashim Khan from the Trans Group, CEO Trans Group. Sir, aap log cricket ko support karte rahe, cricket mein invest kar pull karne ka.
Yeah, thank you so much. Kabaddi jo hai ji wo hamari local sports hai aur hamari company pichle 30 saal se sports ko promote kar rahi hai. Kabaddi jo hai zyada potential hai. PSL ke baad aapko laga tha ki kya kabaddi ka jo game hai usko is level pe leke jayenge, itna public response, itna massive viewership aayegi, ye socha tha? Yeah, it was a challenge for you. Ji kabaddi ke numbers jo hai wo bahut amazing hai. और कबड्डी की खड़े हैं, क्रिकेट के साथ बाकी स्पोर्ट्स हैं, आपने चूंकि स्पोर्ट्स को 30 साल से उठाया है और जिसकी मार्केटिंग ब्रांडिंग आपने जिस तरह पीएसएल के एक ब्रांड बन चुका है, इंशाल्लाह ताला बहुत पुरउम्मीद है कि इंशाल्लाह ताला बहुत जल्द पाकिस्तान के लोग पीएसएल की तरह इंशाल्लाह ताला कबड्डी लीग भी देखेंगे और कबड्डी की लीग इंशाल्लाह बहुत सक्सेसफुल होगी. Our team will be really thankful if you please click on subscribe button. Shukrguzar hu kyunki unki support ke bagair ye itna mega event successful nahi ho sakta tha. Thank you very much sir. Thank you very much. Over to the commentary box. हाँ जी मुशर्रफ जावेद जंजवा, उधर कप्तान नन्नी सिंह, इधर मुशर्रफ ना है मुशर्रफ ते पेंडे दा बाट है भाई, जग सारा जानदा कौटी दाया कर गया कबड्डी करी फेर. मोहम्मद शफीक चिश्ती किचन चलिया जित दी लीग चिश्ती, नहीं डीकदा वार तरीक चिश्ती जाफी हम जांदे शायदा सच लंगोट दे ए देश दी इज्जत आन, ए देश दी इज्जत आन. लो माने जड़दी पैंदी कबड्डी, अज कहंदे 2020 दे वर्ल्ड कप की तारीख लिखी जाएगी. अर्श चोले दे नाल टक्कर है लो सुखमन दा छोटा वीर इरफान माना जट, वड्डा तजर्बा और सामने उच्चा लम्मा गबरू जापी है. लो लीग दे कोल आंदा होया जो मिड लैंड दे कोल, कहिंदे नहीं सामने फाटक खोलिया के ए है नौजवान, लो आ लै गया और इरफान माने दी एक नंबर. Our team will be really thankful if you please click on subscribe button. ਕਿ ਹੋਵੇ ਠੰਡ ਕੜਾਕੇ ਦੀ ਜਾਂ ਲੂਹਾ ਗਰਮੀ ਦਾ, ਕੁਝ ਪਾਉਣ ਦੀ ਖਾਤਰ ਡੱਡ ਬੈਠ ਕੇ ਕੱਢਣੇ ਪੈਂਦੇ ਨੇ, ਦਿਲ ਵਿੱਚ ਹੋਵੇ ਜਜ਼ਬਾ ਦੇ ਕੁਝ ਕਰਕੇ ਦੱਸਣ ਦਾ, ਸੁਖ ਆਰਾਮ ਨਹੀਂ ਦੇ ਬਿਸਤਰੇ ਛੱਡਣੇ ਪੈਂਦੇ ਨੇ. ਸੁਖਵੀਰ ਸਰਾਂ ਦਾ ਹੀਰੋ ਖੇਡ ਕਬੱਡੀ ਦਾ, ਗਬਰੂ ਪਤਮਾਵਾਂ ਦੇ ਰਾਜਾ ਨਾ ਚਮਕਾਉਂਦੇ ਨੇ, ਨਾ ਚਮਕਾਉਣ ਵਾਲੇ ਖਿਡਾਰੀ ਰਵੀ ਦਿਓਰਾ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਵਜਿਆ ਹੋਇਆ ਇੰਡੀਆ ਦੀ ਟੀਮ ਦਾ ਖਿਡਾਰੀ ਔਰ ਹਾਫਜ਼ ਹਮਜ਼ ਜੀ. जी मेहरबानी, लो इधरले पासे कहते रवि ने अपने आप को बचाया, लत फड़ने की कोशिश. अली वर्दे वर्ल्ड कप का बहुत ही तगड़ा रेडर, कहते ट्रैक्टर जेतू है मुंडा पर कबड्डी देखांगे सामने कि किधर ना टक्कर होगी. लो इधर अर्श चोला निकल के वड्डा पहाड़ जापी जो इस वेले डक पाउण की पूरी कोशिश कर रहा है. आ भी सोनिया सामने बगलों के कहते मुख्तार चीमे वाली कट मारी है. लो नंबर इधर काशी दीपक काशीपुरिया टक्कर हुई उधर कमर बट नाल, कमर बट ते दीपक काशीपुरिया आमने. असा लहरा ना इंज खेडे किनारे वेखते रह गए, किनारे वेखते रह गए, किनारे वेखते रह गए. नंबर किन्ना मींदा, नंबर किन्ना मींदा. फिर इंडियन रेडर्स आया होया कबड्डी दे उत्ते हल्का जिहा झोके लगा और पाया कहिंदा जिथे हाथ पाईदा कम सिरे लाईदा, एवें ते नहीं बच्चा बच्चा फैम जट दी चढ़ाईदा. Our team will be really thankful if you please click on subscribe button. ਜਰ ਕੰਨੀਆਂ ਮਲ ਕੇ ਖਲੋਤੇ ਹੋਏ ਨੇ, ਸਜਾਦ ਗੁਜਰ ਨੇ ਟਰਾਈ ਕੀਤੀ ਪਰ ਮੁੰਡਾ ਹੱਥੋਂ ਤਿਲਕ ਕੇ ਜਾਂਦਾ ਰਿਹਾ, ਉਹ ਜਾਂਦਾ ਰਿਹਾ ਨੌਜਵਾਨ ਜੋਤਾ ਆਪਣੀ ਆਪਣੀ ਮਿੱਟੀ ਆਪਣਾ ਖੇਲ. ਕਬੱਡੀ ਪਾਉਂਦਾ ਪਿਆ ਸ਼ਫੀਕ ਚਿਸ਼ਤੀ ਔਰ ਇਹ ਅਰਸ਼ ਨਾਲ ਟੱਕਰ ਹੋਈ ਸੀ ਲੇਕਿਨ ਵੇਖਣਾ ਪਏਗਾ. ਔਰ ਨੌਜਵਾਨ ਸ਼ੁਰਲੀ ਨੇ ਇਹ ਮੈਨੂੰ ਜਾਪਦਾ ਪਿਆ ਕਿ ਡਬਲ ਟੱਚ ਮਾਰਿਆ ਬਾਬਾ ਜੀ ਗੁਰੂ ਨਾਨਕ ਸਰਕਾਰ ਦਾ ਪਾਣ ਦੂਸਰੇ ਪਾਸੇ ਇਹ ਦਰਮਿਆਨ ਚੋਂ ਨਿਕਲ ਕੇ ਲੱਗਿਆ ਲੇਕਿਨ ਰਵੀ ਦੋੜੇ ਕਬੱਡੀ ਕਪਤਾਨ ਦੀ ਦੁਨੀਆ ਦਾ ਮਹਾਨ ਕਬੱਡੀ ਪਲੇਅਰ ਮੁਹੰਮਦ ਇਰਫਾਨ ਮਾਨਾ ਜੱਟ ਕਿ ਮੇਰੇ ਅੱਗੇ ਉਹ ਆਵੇ ਜਿਹੜਾ ਬਹੁਤੀ ਹਿੰਮਤ ਵਾਲਾ. ਪਰ ਚੋਲਾ ਕਹਿੰਦਾ ਮੈਂ ਆਵਾਂਗਾ ਪਰ ਮਾਨਾ ਕਹਿੰਦਾ ਪੁੱਤਰ ਹਾਂ ਮੈਂ ਜੱਟ ਦਾ ਤੇ ਪਿੰਡ ਮੇਰਾ ਘਿਆਲਾ, ਮੇਰੇ ਅੱਗੇ ਉਹ ਆਵੇ ਜਿਹੜਾ ਬਹੁਤੀ ਹਿੰਮਤ ਵਾਲਾ ਹੈ. ਜੋਤੇ ਦੀ ਪਈ ਹੋਈ ਕਬੱਡੀ ਵੇਖੋ ਕਿਹਦੇ ਨਾਲ ਕਰਦਾ ਟੱਚ ਨਵਜੋਤ ਜੋਤਾ, ਬੜਾ ਸਿਆਣਾ ਕਬੱਡੀ ਪਲੇਅਰ ਆ ਲੇਕਿਨ ਦਰਮਿਆਨ ਚੋਂ ਨਿਕਲ ਕੇ ਲੱਗਾ ਨਫੀਸ ਗੁੱਜਰ. ਨਫੀਸ ਗੁੱਜਰ ਨੇ ਫੜਨ ਦੀ ਕੋਸ਼ਿਸ਼ ਕੀਤੀ ਸੀ ਕੱਟ. ਮਲਿਕ ਨੌਜਵਾਨ ਆ ਸ਼ੁਰਨੀ ਲੱਗਾ ਇਸ ਨੂੰ ਪਾਵਰ ਆਫ ਪਾਕਿਸਤਾਨ ਕਹਿੰਦੇ ਆ. ਬਹੁਤ ਹੀ ਖੂਬਸੂਰਤ ਪਲੇਅਰ ਦੁਨੀਆ ਵਿੱਚ ਮਲਿਕ ਹੁੰਦੇ ਨੇ ਜਿਹੜੇ ਕੱਚਿਆਂ ਤੇ ਤਰ ਜਾਂਦੇ, ਉਹ ਜਜ਼ਬੇ ਹੋਰ ਹੁੰਦੇ ਨੇ, ਖੜੇ ਜੋ ਸੋਚਦੇ ਰਹਿੰਦੇ ਉਹ ਦਿਲ ਕਮਜ਼ੋਰ ਹੁੰਦੇ ਨੇ. ਡਬਲ ਟੱਚ ਨੰਬਰ ਰੈਫਰੀ ਅਸਨ ਸਿੰਘ ਚੱਲ ਪਈ ਚਿਸ਼ਤੀ ਉਹ ਲੱਗਾ ਹੈ ਨਾਲ ਔਰ ਨੰਬਰ ਚਿਸ਼ਤੀ ਲੈ ਕੇ ਕਿਸੇ ਹਟਾਇਆ ਇਹਦੇ ਨਾਲ ਪਾਕਿਸਤਾਨ 36 ਇੰਡੀਆ 34 ਇਹਦੇ ਨਾਲ ਪਾਕਿਸਤਾਨ 36 ਇੰਡੀਆ. Our team will be really thankful if you please click on subscribe button.